ਸਤਿ ਸ਼੍ਰੀ ਅਕਾਲ ਦਾ ਖਲਸ ਟੀਵੀ ਦੇਖ ਰਹੇ ਹੋ ਮੈਂ rahul kala ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਨਜ਼ਰ ਮਾਰਾਂਗੇ ਪਹਿਲਾਂ ਅੱਜ ਦੇ ਵਿਚਾਰ ਤੇ ਉਮੀਦ ਕਦੇ ਵੀ ਨਾ ਛੱਡੋ ਵਾਹਿਗੁਰੂ ਜੀ ਉੱਥੇ ਵੀ ਰਸਤਾ ਕਾੜ ਦਿੰਦੇ ਨੇ ਜਿੱਥੇ ਰਸਤਾ ਨਿਕਲਣ ਦੀ ਕੋਈ ਉਮੀਦ ਨਹੀਂ ਹੁੰਦੀ ਹੁਣ ਨਜ਼ਰ ਮਾਰਾਂਗੇ ਹੈਡਲਾਈਨਸ ਤੇ ਪੰਜਾਬ ਦੇ 75 ਸ਼ਹਿਰਾਂ ਦੇ ਵਿੱਚ ਛਾਈ ਰਹੇਗੀ ਸੰਘਣੀ ਧੁੰਦ ਮੌਸਮ ਵਿਭਾਗ ਦਾ ਅਲਰਟ ਪਹਾੜੀ ਇਲਾਕਿਆਂ ਦੇ ਵਿੱਚ ਹੋ ਸਕਦੀ ਬਰਬਰੀ ਪੰਜਾਬ ਹਰਿਆਣਾ ਦੇ ਵਿੱਚ 30 ਦਸੰਬਰ ਨੂੰ ਪੈ ਸਕਦਾ ਹੈ ਹਲਕਾ ਮੀਂਹ ਦਿੱਲੀ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਬੀਤੇ ਦਿਨ 115 ਉਡਾਨਾਂ ਹੋਈਆਂ ਸੀ ਲੇਟ ਦੇਸ਼ ਦੇ ਵਿੱਚ 24 ਘੰਟੇ ਦੇ ਅੰਦਰ ਕਰੋਨਾ ਦੇ 638 ਨਵੇਂ ਮਾਮਲੇ ਆਏ ਸਾਹਮਣੇ ਨਵੇਂ ਵੇਰੀਐਂਟ ਤੇ 63 ਕੇਸ ਐਕਟਿਵ ਕੇਸ 4000 ਤੋਂ ਹੋਏ ਪਾਰ ਮਹਾਰਾਸ਼ਟਰ ਦੇ ਮੰਤਰੀ ਵੀ ਕਰੋਨਾ ਪੋਜ਼ਟਿਵ ਛੋਟੇ ਸਾਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਅਖੰਡ ਪਾਠ ਦੇ ਪਾਏ ਜਾਣਗੇ ਅਜਪੋਗ ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਵਿੱਚ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਰਹੀ ਸੰਗਤ ਸ਼ਹੀਦੀ ਸਭਾ ਦੇ ਦੂਸਰੇ ਦਿਨ ਫਤਿਹਗੜ੍ਹ ਸਾਹਿਬ ਪਹੁੰਚੇ ਸੀਐਮ ਭਗਵੰਤ ਮਾਨ ਪਤਨੀ ਦੇ ਨਾਲ ਸਭਾ ਦੇ ਵਿੱਚ ਭਰੀ ਹਾਜ਼ਰੀ ਕਿਹਾ ਦੁਨੀਆ ਦੇ ਵਿੱਚ ਕਿਤੇ ਵੀ ਅਜਿਹੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ 26 ਜਨਵਰੀ ਮੌਕੇ ਲਾਲ ਕਿਲੇ ਤੇ ਹੋਣ ਵਾਲੀ ਪਰੇਡ ਦੇ ਦੌਰਾਨ ਪੰਜਾਬ ਨੂੰ ਮੁੜ ਰੱਖਿਆ ਗਿਆ ਬਾਹਰ ਸੀਐਮ ਭਗਵੰਤ ਮਾਨ ਨੇ ਜਿਤਾਇਰੋਸ ਕਿਹਾ ਸਾਡੀਆਂ ਝਾਂਕੀਆਂ ਨੂੰ ਨਹੀਂ ਦਿੱਤੀ ਜਾ ਰਹੀ ਥਾਂ ਪੰਜਾਬੀਆਂ ਨੇ ਆਜ਼ਾਦੀ ਲੈ ਕੇ ਦਿੱਤੀ ਅੱਜ ਭਾਜਪਾ ਦੀ ਸਰਕਾਰ ਕਰ ਰਹੀ ਹੈ ਭਗਵਾਕਰਨ ਪਿਛਲੇ ਸਾਲ ਵੀ ਪੰਜਾਬ ਨੂੰ ਰੱਖਿਆ ਗਿਆ ਸੀ ਬਾਹਰ ਸੀਨੀਅਰ ਆਈਐਸ ਵੀਕੇ ਸਿੰਘ ਬਣ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਰੱਖਿਆ ਮੰਤਰਾਲੇ ਦੇ ਵਿੱਚ ਸਕੱਤਰ ਦੇ ਅਹੁਦੇ ਤੇ ਕਰ ਰਹੇ ਨੇ ਕੰਮ ਪੰਜਾਬ ਦੇ ਵਿੱਚ ਵਾਪਸੀ ਦੀ ਛੇੜੀ ਚਰਚਾ ਡੈਪੂਟੇਸ਼ਨ ਤੇ 2017 ਚ ਗਏ ਸੀ ਕੇਂਦਰ ਤੇ ਪੰਜਾਬ ਦੇ ਵਿੱਚ ਇੰਡੀਆ ਗੜਜੋੜ ਨੂੰ ਲੈ ਕੇ ਸਸਪੈਂਸ ਬਰਕਰਾਰ ਕਾਂਗਰਸ ਪਾਰਟੀ ਦੇ ਵਿੱਚ ਸੀਟ ਵੰਡ ਤੇ ਨਹੀਂ ਹੋਈ ਚਰਚਾ ਵਣਿੰਗ ਨੇ ਕਿਹਾ ਹਾਈ ਕਮਾਂਡ ਕਰੇਗੀ ਫੈਸਲਾ ਭਾਜਪਾ ਲੀਡਰ ਵਿਜੇ ਸਾਮਪਲਾ ਦਾ ਕਾਂਗਰਸ ਆਪ ਤੇ ਨਿਸ਼ਾਨਾ ਕਿਹਾ ਪੰਜਾਬ ਦੇ ਨਾਲ ਧੋਖਾ ਹੋਵੇਗਾ ਇਹ ਗੜਜੋੜ ਅਜਨਾਲਾ ਥਾਣਾ ਝੜਪ ਮਾਮਲੇ ਦੇ ਵਿੱਚ ਅਮਰਿਤਪਾਲ ਦੇ ਸਾਥੀਆਂ ਨੂੰ ਲੱਗਿਆ ਝਟਕਾ ਸ਼ਿਵ ਕੁਮਾਰ ਭੁਪੇਂਦਰ ਸਿੰਘ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ ਕਿਹਾ ਦੋਸ਼ ਬਹੁਤ ਗੰਭੀਰ ਐਸਆਈਟੀ ਅੱਗੇ ਪੇਸ਼ ਨਹੀਂ ਹੋਏ ਵਿਕਰਮ ਸਿੰਘ ਮਜੀਠੀਆ ਡਰਗ ਮਾਮਲੇ ਦੇ ਵਿੱਚ ਪੁਸ਼ਕਿਸ਼ ਦੇ ਲਈ 27 ਦਸੰਬਰ ਨੂੰ ਕੀਤਾ ਗਿਆ ਸੀ ਤਲਬ ਨੋਟਿਸ ਦੇ ਜਵਾਬ ਦੇ ਵਿੱਚ ਲਿਖਿਆ ਕੁਝ ਸਮਾਂ ਹੋਰ ਦਿਓ ਨਸ਼ਿਆਂ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਦਾ ਪੂਰੇ ਸਾਲ ਦਾ ਦਿੱਤਾ ਪੰਜਾਬ ਪੁਲਿਸ ਨੇ ਲੇਖਾ ਜੋਖਾ 14951 ਨਸ਼ਾ ਤਸਕਰ ਕੀਤੇ ਗ੍ਰਿਫਤਾਰ ਇੱਕ ਸਾਲ ਦੇ ਵਿੱਚ 60 ਇਨਕਾਊਂਟਰ ਹੋਏ 9 ਗੈਂਗਸਟਰ ਕੀਤੇ ਢੇਰ ਇੱਕ ਪੁਲਿਸ ਮੁਲਾਜ਼ਮ ਵੀ ਹੋਇਆ ਸ਼ਹੀਦ ਮੁਹਾਲੀ ਦੇ ਵਿੱਚ ਟਰੱਕ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਦੋਵੇਂ ਹੋਮਗਾਰਡਾਂ ਦੀ ਹੋਈ ਮੌਤ ਨਾਕੇ ਤੇ ਰੋਕਣ ਦੀ ਕੀਤੀ ਸੀ ਕੋਸ਼ਿਸ਼ ਦੋਸ਼ੀ ਡਰਾਈਵਰ ਗਲਤ ਦਿਸ਼ਾ ਤੋਂ ਆ ਰਿਹਾ ਸੀ ਮੁਹਾਲੀ ਦੇ ਵਿੱਚ ਬਜ਼ੁਰਗ ਔਰਤ ਨੂੰ ਬੰਦਕ ਬਣਾ ਕੇ ਲੁੱਟਿਆ ਦੋ ਲੁਟੇਰੇ ਦੇਰ ਰਾਤ ਕੋਰੀਓਗ੍ਰਾਫਰ ਦੇ ਘਰ ਦਾਖਲ ਹੋ ਕੇ 25 ਤੋਲੇ ਸੋਨਾ ਤੇ 5 ਲੱਖ ਦੀ ਨਗਦੀ ਲੈ ਕੇ ਹੋਏ ਫਰਾਰ ਜਗਰਾਉਂ ਪੁਲਿਸ ਨੇ ਦੋ ਲੁਟੇਰੇ ਕੀਤੇ ਕਾਬੂ ਹਥਿਆਰਾਂ ਤੇ ਸਮਾਨ ਕਿਤਾਬਾਂ ਦੇ ਨਾਲ ਨਸ਼ੇ ਦੀ ਪੂਰਤੀ ਦੇ ਲਈ ਸੱਤ ਪਿੰਡਾਂ ਦੇ ਵਿੱਚ ਲੁੱਟਖੋ ਤੇ ਕਰਦੇ ਸੀ ਚੋਰੀਆਂ ਭਾਰਤ ਤੇ ਪਾਕਿਸਤਾਨ ਦੇ ਚਾਰ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਹੋਈ ਮਾਫ ਯੂਏਈ ਦੇ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਲੱਗੇ ਸੀ ਇਲਜ਼ਾਮ ਜਿਸ ਤੋਂ ਬਾਅਦ ਕੀਤਾ ਗਿਆ ਸੀ ਗ੍ਰਿਫਤਾਰ ਡਾਕਟਰ ਐਸ ਪੀ ਸਿੰਘ ਓਬਰਾਏ ਨੇ 46 ਲੱਖ ਦੀ ਦਿੱਤੀ ਬਲੱਡ ਮਨੀ ਪਾਕਿਸਤਾਨ ਤਸਕਰਾਂ ਨੇ ਡਰੋਨ ਰਾਹੀਂ ਭੇਜੀ ਕਰੋੜਾਂ ਦੀ ਹੈਰੋਇਨ ਬੀਐਸਐਫ ਪੰਜਾਬ ਪੁਲਿਸ ਨੇ ਜਲਾਲਾਬਾਦ ਦੇ ਵਿੱਚ ਸਰਚ ਆਪਰੇਸ਼ਨ ਦੇ ਦੌਰਾਨ 4 ਕਿਲੋ ਕੀਤੀ ਬਰਾਮਦ ਭਾਰਤ ਜੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਭਾਰਤ ਨਿਆ ਯਾਤਰਾ 14 ਜਨਵਰੀ ਤੋਂ 20 ਮਾਰਚ ਤੱਕ ਚੱਲੇਗੀ ਮਨੀਪੁਰ ਤੋਂ ਹੋਵੇਗੀ ਰਵਾਨਾ ਮੁੰਬਈ 'ਚ ਹੋਵੇਗੀ ਖਤਮ 14 ਸਵੇਰ ਨੂੰ ਕਰੇਗੀ ਕਵਰ 650 ਕਿਲੋਮੀਟਰ ਦਾ ਪੈਂਡਾ ਤੈਅ ਕਰਨਗੇ ਰਾਹੁਲ ਗਾਂਧੀ ਜੰਮੂ ਕਸ਼ਮੀਰ ਦੇ ਵਿੱਚ ਮੁਸਲਿਮ ਲੀਗ ਤੇ ਲੱਗੀ ਪਾਬੰਦੀ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਹੈ ਦੋਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਦੇਸ਼ ਦੇ ਖਿਲਾਫ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਐਨਐਸਜੀ ਐਨਆਈਏ ਪਹੁੰਚੀ ਦਿੱਲੀ ਸਥਿਤ ਇਜ਼ਰਾਈਲ ਅੰਬੈਸੀ ਸੀਸੀਟੀਵੀ ਦੇ ਵਿੱਚ ਨਜ਼ਰ ਆਏ ਦੋ ਸ਼ੱਕੀ ਇਜ਼ਰਾਈਲੀ ਝੰਡੇ ਦੇ ਵਿੱਚ ਲਿਪਟੀ ਹੋਈ ਚਿੱਠੀ ਵੀ ਮਿਲੀ ਦੂਤਾਵਾਸ ਤੋਂ 250 ਮੀਟਰ ਦੀ ਦੂਰੀ ਤੇ ਹੋਇਆ ਸੀ ਧਮਾਕਾ ਫਰਾਂਸ ਦੇ ਵਿੱਚ ਰੁਕੇ ਜਹਾਜ਼ ਦੇ ਅੰਦਰ ਸਵਾਰ ਸਨ ਇੱਕ ਹੀ ਗੁਜਰਾਤੀ ਸਾਰੇ ਮਹੇਸਾਣਾ ਜ਼ਿਲ੍ਹੇ ਦੇ ਨੇ ਵਸਨੀਕ ਇੱਥੋਂ ਦੇ ਚਾਰ ਪਿੰਡਾਂ ਦੀ ਅੱਧੀ ਤੋਂ ਵੱਧ ਆਬਾਦੀ ਅਮਰੀਕਾ ਪਹੁੰਚ ਚੁੱਕੀ ਬਿਹਾਰ ਦੇ ਵਿੱਚ ਗੰਗਾ ਨਦੀ ਤੇ ਬਣੇਗਾ 6 ਲੇਨ ਕੇਬਲ ਪੁਲ ਇਸ ਦੇ ਹੇਠੋਂ ਲੰਘ ਸਕਣਗੇ ਵੱਡੇ ਜਹਾਜ਼ ਤ੍ਰਿਪੁਰਾ ਦੇ ਵਿੱਚ 2.5 ਹਜ਼ਾਰ ਕਰੋੜ ਰੁਪਏ ਦੇ ਸੜਕ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਸਾਂਝੀ ਕੀਤੀ ਜਾਣਕਾਰੀ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਤੇ ਨਹੀਂ ਆਉਣਗੇ ਮੰਮਤਾ ਬਿਨਰਜੀ ਨਿਤਿਸ਼ ਤੇ ਲਾਲੂ ਦੇਵੀ ਨਾ ਆਉਣ ਦੀ ਸੰਭਾਵਨਾ ਸਿਤਾ ਰਾਮ ਯਾਤਰੀ ਪਹਿਲਾਂ ਹੀ ਸੱਦਾ ਠੁਕਰਾ ਚੁਕੇ ਸੀਐਮ ਹਾਊਸ ਤੋਂ Shivraj Singh Chauhan ਦੀ ਹੋਈ ਵਿਦਾਈ ਸਾਡੇ 16 ਸਾਲ ਰਹੇ ਸਨ ਕਰਮਚਾਰੀ ਹੋਏ ਭਾਵੁਕ ਨਵੇਂ ਮੰਗਲੇ ਦੇ ਵਿੱਚ ਪਤਰੀ ਨੇ ਕੀਤੀ ਆਰਤੀ Madhya Pradesh ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਮੈਂ ਪੱਕਾ ਹੀ ਬਣ ਗਿਆ ਮਾਮਾ ਤੇ ਭਰਾ ਹੈਲਾਈਨਸ ਦੇ ਵਿੱਚ ਇਨਾ ਹੀ ਮਿਲਦਾ ਇਜਾਜ਼ਤ ਧੰਨਵਾਦ